ਜਿਹੜੇ ਪਿੰਡ ਵਾਲਾ ਜੀਵਾ ਬੱਲੇ 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 ਛੱਕਾ ਕਹਿੰਦੇ ਮਾਰ ਦਿੱਤਾ, ਫਿਰ ਛੱਕਾ ਕਹਿੰਦੇ ਮਾਰ ਦਿੱਤਾ ਤਲਵਿੰਦਰ ਨੂੰ। ਐਨ ਮੇਰੇ ਮਿੱਤਰੋਂ ਮੈਚ ਬਾਕੀ ਚਕਿਆੜੀ ਕੱਢਣ ਵਾਲਾ ਮੈਚ ਹੈ, ਦਰਸ਼ਕ ਆਨੰਦ ਮਾਣ ਰਹੇ ਇਸ ਮੈਚ ਦਾ, ਚੱਲ ਰਹੇ ਮੈਚ ਦਾ। ਤੇ ਸਾਹਮਣੇ ਲਓ ਸਾਹਮਣੇ ਅਗਲੀ ਬਾਲ ਤੇ ਰੱਖੜੇ ਪਿੰਡ ਵਾਲਾ ਜੀਵਾ, ਭੱਲੇ 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 ਭੱਲੇ, ਦੂਜਾ ਦੂਜਾ ਦੂਜਾ। ਤੇ ਦਰਸ਼ਕ ਕਹਿੰਦੇ ਆਨੰਦ ਮਾਣਦੇ ਹੋਏ ਛੱਕਿਆਂ ਦਾ, ਤੇ ਛੱਕੇ ਤਲਵਿੰਦਰ ਨੂੰ ਬਹਿ ਰਹੇ ਆ, ਤੇ ਬਾਕੀ ਤਲਵਿੰਦਰ ਵੀ ਮੇਰੇ ਮਿੱਤਰੋਂ ਪੂਰਾ ਤਿਲਾਂ ਚੋਂ ਤੇਲ ਕੱਢਦਾ ਕਹਿੰਦੇ, ਪਰ ਅੱਜ ਰੱਖੜੇ ਵਾਲੇ ਦੀ ਵਾਰੀ ਹੈ। ਅਗਲੀ ਬਾਲ ਸਾਹਮਣੇ ਸਾਹਮਣੇ ਰੱਖੜੇ ਵਾਲਾ, ਭੱਲੇ ਭੱਲੇ, ਹਾਇਓ ਮੇਰਿਆ ਰੱਬਾ, ਤੇ 14 ਠੋਕਦੇ ਲਗਾਤਾਰ। ਬੱਲੇ ਤਾਂ ਹੁਣ ਬਦਲੇ ਗਏ, ਜਿਹੜੇ ਬੰਦੇ ਗਗੜ ਆ ਗਏ ਕਿਤੇ ਕਾਲੇ ਕਿਹਦਾ। ਬਾਲ ਪਾਉਣ ਦੇ ਲਈ ਰੱਖੜੇ ਪਿੰਡ ਦਾ ਜੀਵਾ ਤੇ ਤਲਵਿੰਦਰ 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 ਹੋ ਗਈ ਤਲਵਿੰਦਰ ਤਿਆਰ ਖੇਡਿਆ ਸ਼ਾਟ ਦੇ ਰਣ ਚਾਰ ਤੇ ਨਾਲ ਦੂਜੀ ਟੀਮ ਜਿਹੜੀ ਜਿਹਨਾਂ ਦਾ ਮੁਕਾਬਲਾ ਬਈ ਉਹ ਟੀਮ ਰੁੜਕੀ ਦੇ ਅੱਡੇ ਚ ਮਾਰੀ ਹੈ 6 ਰਨ ਦੇ ਉਮਰ।